ਚੈੱਕ ਕਰੋ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹਨ। ਜੱਥੇ ਨਾਲ ਜਾ ਕੇ ਆਏ ਹੈਗੇ ਕਰਤਾਰਪੁਰ ਸਾਹਿਬ, ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ? ਪਰਸਨਲ ਤੌਰ 'ਤੇ ਤਾਂ ਇੰਝ ਲੱਗਦਾ ਕਿ ਹਿਸਟਰੀ ਇਨ ਮੇਕਿੰਗ ਵਿੱਚ ਮੇਰਾ ਇੱਕ ਨਾਮ ਆ ਗਿਆ, ਮੈਨੂੰ ਖੁਦ ਨੂੰ ਚੰਗਾ ਲੱਗ ਰਿਹਾ, ਔਰ ਇੱਕ ਉਸ ਜਗ੍ਹਾ 'ਤੇ ਮੈਂ ਗਿਆ, ਮੁਕੱਦਸ ਜਗ੍ਹਾ 'ਤੇ ਗਿਆ ਜਿਹਦੇ ਲਈ 70 ਸਾਲਾਂ ਤੋਂ ਲੋਕ ਈਜ਼ੀ ਐਕਸੈਸ ਮੰਗ ਰਹੇ ਸੀਗੇ। ਪਰਸਨਲ ਤੌਰ 'ਤੇ ਚੰਗਾ ਲੱਗਿਆ, ਔਰ ਮੈਂ ਕਾਫੀ ਸਾਲਾਂ ਤੋਂ ਉੱਥੇ ਜਾ ਰਿਹਾ ਅਤੇ ਉਹਦੀ ਡਿਵੈਲਪਮੈਂਟ ਵੇਖ ਕੇ ਵੀ ਚੰਗਾ ਲੱਗਿਆ ਮੈਂ। ਬਿਲਕੁਲ, ਬਹੁਤ ਲੋਕਾਂ ਵਾਸਤੇ ਚੰਗੀ ਗੱਲ ਹੈਗੀ ਕਿ ਬਿਨਾਂ ਵੀਜ਼ਾ ਦੇ ਹੁਣ ਉੱਥੇ ਜਾ ਸਕਦੇ ਨੇ, ਹਾਲਾਂਕਿ ਪਾਸਪੋਰਟ ਦੀ ਰਿਕੁਆਇਰਮੈਂਟ ਜ਼ਰੂਰ ਹੋਏਗੀ। ਮੈਨੂੰ ਇਹ ਦੱਸੋ ਕਿ ਪਾਸਪੋਰਟ ਦੀ ਰਿਕੁਆਇਰਮੈਂਟ ਤਾਂ ਹੈਗੀ ਹੈ, ਪਰ ਕੀ ਪਾਸਪੋਰਟ 'ਤੇ ਸਟੈਂਪ ਵੀ ਲਾਉਂਦੇ ਨੇ? ਉਹ ਲਾਈ ਜਾ ਗਈ ਤੁਹਾਡੀ? ਨਹੀਂ, ਪਾਸਪੋਰਟ 'ਤੇ ਸਟੈਂਪ ਨਾ ਇੰਡੀਆ ਵਾਲੀ ਸਾਈਡ 'ਤੇ ਲੱਗੀ ਨਾ ਪਾਕਿਸਤਾਨ ਵਾਲੀ ਸਾਈਡ 'ਤੇ ਲੱਗੀ। ਇੰਡੀਆ ਨੇ ਜਿਹੜਾ ਇਲੈਕਟ੍ਰੋਨਿਕ ਐਥੋਰਾਈਜੇਸ਼ਨ ਲੈਟਰ ਜਿਹੜਾ ਤੁਹਾਨੂੰ ਪੋਰਟਲ ਤੋਂ ਮਿਲੇਗਾ ਸ਼ਰਧਾਲੂ ਨੂੰ, ਉਹਦੇ 'ਤੇ ਸਟੈਂਪ ਲੱਗ ਰਹੀ ਹੈ। ਪਾਕਿਸਤਾਨ ਵੀ ਇੱਕ ਵੱਖਰੀ ਸਟੈਂਪ ਲਗਾਈ ਦਿੰਦੇ ਨੇ ਇੱਕ ਪੇਪਰ ਦੇ ਉੱਤੇ, ਪਾਸਪੋਰਟ ਦੇ ਉੱਤੇ ਕੋਈ ਸਟੈਂਪ ਨਹੀਂ ਹੈ, ਲੇਕਿਨ ਉਹ ਇਹ ਜ਼ਰੂਰ ਹੈ ਕਿ ਡਾਟਾ ਉਹਦੇ ਵਿੱਚ ਜ਼ਰੂਰ ਰਹੇਗਾ, ਉਹਨਾਂ ਦੇ ਡਾਟਾ ਬੈਂਕ ਦੇ ਵਿੱਚ। ਪਾਕਿਸਤਾਨ ਔਰ ਇੰਡੀਆ ਦੋਨੋਂ ਪਾਸੇ ਬਹੁਤ ਜ਼ਿਆਦਾ ਐਲੋਬਰੇਟ ਇੰਤਜ਼ਾਮ ਕੀਤੇ ਗਏ ਨੇ ਇਮੀਗ੍ਰੇਸ਼ਨ ਹਾਲਾਂ ਵਿੱਚ ਵੀ। ਬਿਲਕੁਲ, ਮੈਨੂੰ ਇਹ ਦੱਸੋ ਕਿ ਤੁਸੀਂ ਗੱਲ ਕਰ ਰਹੇ ਹੋ ਅਰੇਂਜਮੈਂਟ ਇੰਤਜ਼ਾਮਾਂ ਦੀ, ਤੁਸੀਂ ਕੱਲ੍ਹ ਗਏ ਤਾਂ ਕਿਵੇਂ ਦੇ ਇੰਤਜ਼ਾਮ ਸੀਗੇ ਪਾਕਿਸਤਾਨ ਸਰਕਾਰ ਵੱਲੋਂ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਪਹੁੰਚੇ? ਕੱਲ੍ਹ ਤਾਂ ਅਨਮੈਚੇਬਲ ਮੈਂ ਕਹਿ ਸਕਦਾ, ਬਹੁਤ ਹੀ ਸੋਹਣੇ ਤਰੀਕੇ ਦੇ ਉਹਨਾਂ ਦੇ ਇੰਤਜ਼ਾਮ ਸੀਗੇ, ਔਰ ਬਹੁਤ ਜਿਵੇਂ ਐਕਚੁਅਲੀ ਖੁੱਲ੍ਹੇ ਦਰਸ਼ਨ ਦੀਦਾਰਾਂ ਵਾਲੀ ਗੱਲ ਉਹਨਾਂ ਨੇ ਕੀਤੀ ਹੋਈ ਸੀਗੀ ਪਾਕਿਸਤਾਨ ਸਰਕਾਰ ਦੇ ਜਿਹੜੇ ਅਥਾਰਟੀ ਨੇ, ਲੇਕਿਨ ਉੱਥੇ ਨਜ਼ਰ ਆ ਰਹੇ ਸੀ ਫੌਜ ਦੇ ਅਫਸਰ ਵੀ ਔਰ ਦੂਸਰੇ ਵੀ ਅਮਲੇ ਵੀ, ਲੇਕਿਨ ਇਹਦੇ ਨਾਲ ਉਹਨਾਂ ਨੇ ਸ਼ਰਧਾਲੂਆਂ ਵਾਸਤੇ ਹਰ ਤਰੀਕੇ ਦੇ, ਕੋਈ ਅਗਰ ਚੱਲ ਫਿਰ ਨਹੀਂ ਪਾ ਰਿਹਾ ਉਹਦੇ ਲਈ 50-60 ਲਾਈਨ ਲੱਗੀ ਹੋਈ ਸੀਗੀ ਵੀਲ ਚੇਅਰਸ ਦੀਆਂ, ਜਿਹੜੇ ਲੋਕ ਬੱਸਾਂ ਤਾਂ ਨਹੀਂ ਚੜ੍ਹ ਪਾਉਂਦੇ ਹਾਈਟ 'ਤੇ, ਉਹਨਾਂ ਲਈ ਉਹਨਾਂ ਨੇ ਕਾਰਟਸ ਰੱਖੀਆਂ ਸੀਗੀਆਂ, ਗੋਲਫ ਕਾਰਟਸ ਰੱਖੀਆਂ ਸੀਗੀਆਂ, ਬੱਸਿਸ ਵੀ ਜਿਹੜੀਆਂ ਏਸੀ ਫੁੱਲੀ ਏਸੀ ਬੱਸਿਸ ਸੀਗੀਆਂ, ਹਾਲਾਂਕਿ ਹੁਣ ਇਹਨਾਂ ਦਿਨਾਂ 'ਚ ਲੋੜ ਨਹੀਂ ਸੀ, ਉਹ ਸਾਰੇ ਇੰਤਜ਼ਾਮ ਕੀਤੇ ਹੋਏ ਸੀ। ਔਰ ਗੁਰਦੁਆਰਾ ਪਰਿਸਰ ਵਿੱਚ ਵੀ, ਪਰਿਕਰਮਾ 'ਚ ਵੀ ਬਹੁਤ ਸਾਰੇ ਕਮਰੇ ਨੇ ਰੈਸਟ ਵਾਸਤੇ, ਅਗਰ ਤੁਸੀਂ ਲੰਗਰ ਦਾ ਬੜਾ ਇੰਤਜ਼ਾਮ ਹੈ, ਉਹਦੇ ਇਲਾਵਾ ਇੱਕ ਸੋਵੀਨੀਅਰ ਸ਼ਾਪਸ ਹੈ ਜਿਹੜਾ ਕੁਝ ਆਪਣੀ ਯਾਦਾਂ ਨਾਲ ਲਿਜਾ ਸਕਦਾ ਗੁਰਦੁਆਰਾ ਸਾਹਿਬਾਨ ਦੇ ਅੰਦਰ ਹੀ, ਜਿਹੜੇ ਦਰਬਾਰ ਸਾਹਿਬ ਦੇ ਅੰਦਰ ਜ਼ਿਆਦਾ ਲੋਕ ਨਹੀਂ ਬੈਠ ਪਾਉਣਗੇ, ਉੱਥੇ 25-30 ਲੋਕ ਹੀ ਅੰਦਰ ਸ਼ਰਧਾਲੂ ਬੈਠ ਪਾਉਣਗੇ, ਲੇਕਿਨ ਉਹਦੇ ਵਿੱਚ ਮੱਥਾ ਟੇਕ ਕੇ ਲੋਕ 5-7 ਮਿੰਟ ਲਗਾ ਕੇ ਨੀਚੇ ਆ ਸਕਦੇ ਨੇ। ਬਿਲਕੁਲ, ਤੁਸੀਂ ਮੈਨੂੰ ਦੱਸੋ ਰੋਬਿਨ ਕਿ ਕੀ ਪੂਰੇ ਗੁਰਦੁਆਰਾ ਸਾਹਿਬ ਦੇ ਤੁਸੀਂ ਪਰਿਕਰਮਾ ਕਰ ਸਕੇ, ਪੂਰੇ ਦਰਸ਼ਨ ਕਰ ਸਕੇ, ਜਾਂ ਕੋਈ ਰਿਸਟ੍ਰਿਕਸ਼ਨ ਸੀਗੀ ਉੱਥੇ, ਕਿਉਂਕਿ ਤੁਸੀਂ ਇੰਡੀਆ ਵੱਲ ਗਏ ਹੋ, ਇੱਦਾਂ ਦੀ ਖਬਰਾਂ ਆ ਰਹੀਆਂ ਸੀਗੀਆਂ ਕਿ ਜਿਹੜੇ ਇੰਡੀਅਨ ਜਾਣਗੇ ਉਹਨਾਂ ਨੂੰ ਇੱਕ ਪਾਸੇ ਹੀ ਇੱਕ ਸਾਈਡ 'ਤੇ ਹੀ ਜਾਣ ਦੀ ਪਰਮਿਸ਼ਨ ਹੋਏਗੀ? ਅਰਵਿੰਦ, ਮੈਂ ਬਹੁਤ ਸਾਲਾਂ ਤੋਂ ਪਾਕਿਸਤਾਨ ਦੇ ਕਈ ਇਲਾਕੇ ਕਵਰ ਕਰਦਾ ਪਿਆ, ਜਿਹਦੇ ਵਿੱਚ ਜਿਹੜੇ ਗੁਰਦੁਆਰਾ ਸਪੈਸੀਫਿਕ ਵੀਜ਼ਾ ਦਿੰਦੇ ਨੇ, ਪਾਕਿਸਤਾਨ ਔਰ ਇੰਡੀਆ ਵੀ ਉਹਨਾਂ ਨੂੰ ਸਪੈਸੀਫਿਕ ਵੀਜ਼ਾ ਦਿੰਦਾ, ਲੇਕਿਨ ਸਪੈਸੀਫਿਕ ਵੀਜ਼ਾ ਹੋਣ ਦੇ ਬਾਵਜੂਦ ਵੀ ਕੱਲ੍ਹ ਕਿਸੇ ਵੀ ਤਰੀਕੇ ਦੀ ਕਿਸੇ ਵੀ ਕੋਈ ਵੀ ਬੰਦਿਸ਼ ਨਹੀਂ ਸੀਗੀ। ਕੱਲ੍ਹ ਹੋ ਸਕਦਾ VIP ਮੂਵਮੈਂਟ ਕਰਕੇ ਜਾਂ ਕੋਈ ਹੋਰ ਰੀਜ਼ਨ ਕਰਕੇ ਹੋ ਸਕਦਾ, ਲੇਕਿਨ ਕੱਲ੍ਹ ਕਿਸੇ ਵੀ ਤਰੀਕੇ ਦੀ ਰਿਸਟ੍ਰਿਕਸ਼ਨ ਨਹੀਂ ਸੀਗੀ। VIP ਦੇ ਨਾਲ ਕਈ ਵਾਰੀ ਹੁੰਦਾ ਕਿ ਜੈਮਰ ਲੱਗ ਗਿਆ, ਇੱਧਰੋਂ ਨਹੀਂ ਜਾ ਸਕਦੇ, ਉੱਧਰੋਂ ਨਹੀਂ ਜਾ ਸਕਦੇ, ਖੁੱਲ੍ਹੇ ਦਰਸ਼ਨ ਦੀਦਾਰਾਂ ਵਾਲੀ ਗੱਲ ਹੀ ਸੀਗੀ। ਨਵਜੋਤ ਸਿੰਘ ਸਿੱਧੂ ਸੁਣਨ 'ਚ ਆ ਰਿਹਾ ਕਿ ਪੂਰਾ ਜਿਵੇਂ ਸ਼ੋਅ ਸਟੋਪਰ ਜਾਂ ਸ਼ੋਅ ਸਟਿਲਰ ਬਣ ਗਏ ਉੱਥੇ, ਪੂਰਾ ਛਾ ਗਏ ਉੱਥੇ ਜਾ ਕੇ, ਕੀ ਇੱਦਾਂ ਦੀ ਗੱਲ ਤੁਸੀਂ ਨੋਟ ਕੀਤੀ? ਬਿਲਕੁਲ ਇਸ ਤਰ੍ਹਾਂ ਦੀ ਗੱਲ ਸੀਗੀ, ਹਾਲਾਂਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਇਤਰਾਮ ਕਰਨ ਲਈ ਬਹੁਤ ਲੋਕ ਉੱਥੇ ਸੀਗੇ, ਔਰ ਚਾਹੁੰਦੇ ਸੀਗੇ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਇੱਕ ਉਹ ਆਪਣਾ ਹੀ ਬੰਦਾ ਗਿਣਦੇ ਨੇ, ਕਿਉਂਕਿ ਉੱਥੇ ਉਹਨਾਂ ਦਾ ਨੇਟਿਵ ਪਲੇਸ ਹੈ, ਉਹ ਉੱਥੇ ਦੇ ਪਿੰਡ ਦੇ ਰਹਿਣ ਵਾਲੇ ਨੇ, ਗਾਹ ਪਿੰਡ ਦੇ। ਇਹਦੇ ਇਲਾਵਾ ਸਨੀ ਦਿਓਲ ਵੀ ਅਟਰੈਕਸ਼ਨ ਦਾ ਉਹਨਾਂ ਲਈ ਇੱਕ ਬਾਇਸ ਬਣੇ ਹੋਏ ਸੀ। ਨਵਜੋਤ ਸਿੰਘ ਸਿੱਧੂ ਇਹਨਾਂ ਸਾਰਿਆਂ ਤੋਂ ਹਟ ਕੇ ਸੀ, ਨਵਜੋਤ ਸਿੰਘ ਸਿੱਧੂ ਨੂੰ ਸਮਝਿਆ ਜਾਂਦਾ ਹੈ ਉੱਧਰ ਵੀ ਔਰ ਇੱਧਰ ਵੀ, ਕਈ ਕਿ ਜੋ ਇੱਕ ਪਾਰਟ ਬਣੇ, ਇੰਪੋਰਟੈਂਟ ਪਾਰਟ ਬਣੇ ਕਰਤਾਰਪੁਰ ਗੁਰਦੁਆਰਾ ਕੋਰੀਡੋਰ ਖੁਲਵਾਉਣ ਵਾਸਤੇ, ਹਾਲਾਂਕਿ ਮੰਗ ਦੋਨੋਂ ਵੱਲੋਂ ਸੀ, ਔਰ ਤਾਲੀ ਇਕੱਤ ਨਹੀਂ ਵੱਜਦੀ ਅਰਵਿੰਦ, ਦੋਨੋਂ ਪਾਸਿਓਂ ਰਜ਼ਾਮੰਦੀ ਹੋਈ ਸਰਕਾਰਾਂ ਦੀ, ਤਾਂ ਹੀ ਇਹ ਖੁੱਲ੍ਹਿਆ। ਬਿਲਕੁਲ, ਪਰ ਇਹ ਦੱਸੋ ਕਿ ਕੀ ਇਮਰਾਨ ਖਾਨ ਨੇ ਉੱਥੇ ਜੱਫੀ ਪਾਈ ਉਹਨਾਂ ਨੇ, ਜਾਂ ਸਿੱਧੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਜੱਫੀ ਵਗੈਰਾ ਪਈ ਉੱਥੇ, ਕਿ ਕੋਈ ਇੱਦਾਂ ਦੀ ਗੱਲ ਦੇਖਣ ਨੂੰ ਨਹੀਂ ਮਿਲੀ? ਬੜਾ ਅਨਪ੍ਰੈਸੀਡੈਂਟ ਇੱਕ ਨਜ਼ਰ ਜ਼ਰੂਰ ਆਇਆ ਕਿ ਇਮਰਾਨ ਖਾਨ ਸਾਹਿਬ ਖੁਦ ਉੱਥੇ ਰਿਸੀਵ ਕਰਨ ਲਈ ਆ ਗਏ, ਜਦੋਂ ਕਿ ਕੋਈ ਪਲਾਨ ਨਹੀਂ ਸੀਗਾ ਡਿਗਨਟਰੀਜ਼ ਨੂੰ ਰਿਸੀਵ ਕਰਨ ਲਈ, ਹਾਲਾਂਕਿ ਉਹਨਾਂ ਨੇ ਸਨੀ ਦਿਓਲ ਉਹਨਾਂ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ, ਡਾਕਟਰ ਮਨਮੋਹਨ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਮਿਲੇ, ਲੇਕਿਨ ਜਦੋਂ ਨਵਜੋਤ ਸਿੰਘ ਸਿੱਧੂ ਦੀ ਵਾਰੀ ਆਈ ਤਾਂ ਜੱਫੀ ਦੋਨੋਂ ਪਾਸੇ ਪਈ, ਔਰ ਉਹ 2-4-5 ਮਿੰਟ ਲਈ ਪਈ। ਉਹਦੇ ਵਿੱਚ ਮੈਂ ਸੁਣਿਆ ਸੀਗਾ ਕਿ ਜੱਫੀ ਦੌਰਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਝੋਲੀ 'ਚ ਸਭ ਕੁਝ ਪਾਤਾ, ਅਤੇ ਇਹ ਜ਼ਰੂਰ ਸੀਗਾ, ਉਹ ਇੱਕ ਵੱਖਰਾ ਅਕੋਰਡ ਵੈਲਕਮ ਨਵਜੋਤ ਸਿੰਘ ਸਿੱਧੂ ਲਈ ਜ਼ਰੂਰ ਨਜ਼ਰ ਆ ਰਿਹਾ। ਬਿਲਕੁਲ ਜੀ, ਬਾਕੀਆਂ ਅਤੇ ਬਾਕੀ ਡੈਲੀਗੇਸ਼ਨ ਦਾ ਕਿਵੇਂ ਰਿਸੀਵ ਕੀਤਾ ਇਮਰਾਨ ਖਾਨ, ਕਿਉਂਕਿ ਉੱਥੇ ਖੁਦ ਆਏ, ਕਿਵੇਂ ਰਿਸੀਵ ਕੀਤਾ ਉਹਨਾਂ ਨੇ ਸਾਰਿਆਂ ਨੇ? ਅਰਵਿੰਦ, ਉਹ ਇੱਕ ਪ੍ਰਧਾਨ ਮੰਤਰੀ ਨੇ ਔਰ ਇੱਧਰੋਂ ਦੀ ਫਾਰਮਰ ਪ੍ਰਾਈਮ ਮਿਨਿਸਟਰ ਗਏ ਸੀਗੇ, ਸੋ ਉਹ ਜਿਹੜਾ ਜਿਸ ਲੈਵਲ ਦਾ ਉਹਨਾਂ ਨੂੰ ਇੱਜ਼ਤ ਮਾਨ ਸਤਿਕਾਰ ਪ੍ਰੋਟੋਕੋਲ ਦੇਣਾ ਚਾਹੀਦਾ ਸੀ ਉਹ ਦਿੱਤਾ ਗਿਆ, ਇਹਦੇ 'ਚ ਕੋਈ ਦੌਰਾ ਹੀ ਨਹੀਂ ਹੈ।
ਡਾਕਟਰ ਮਨਮੋਹਨ ਸਿੰਘ ਵਾਸਤੇ ਹਰ ਚੀਜ਼ ਉਹਨਾਂ ਨੇ ਮੁਹੱਈਆ ਕਰਵਾਈ ਹੋਈ ਸੀਗੀ। ਇਹਦੇ ਇਲਾਵਾ ਜਿਹੜੇ ਵੀ VIPs ਦੂਸਰੇ ਗਏ ਸੀ, ਪਰ ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ, ਕੈਪਟਨ ਅਮਰਿੰਦਰ ਸਿੰਘ ਔਰ ਉਹਨਾਂ ਦੇ ਨਾਲ ਪ੍ਰਨੀਤ ਕੌਰ, ਉਹਨਾਂ ਲੋਕਾਂ ਨੇ ਉਹ ਇੱਕ ਸਟੇਜ ਦਾ ਪਾਰਟ ਨਹੀਂ ਬਣੇ, ਉਹ ਆਪਣੇ ਇੱਕ ਸ਼ਰਧਾਲੂ ਦੇ ਤੌਰ 'ਤੇ ਗਏ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਔਰ ਆਪਣੇ ਹਿਸਾਬ ਨਾਲ ਔਰ ਆਪਣੇ ਟਾਈਮਿੰਗ ਦੇ ਮੁਤਾਬਿਕ ਉਹ ਵਾਪਿਸ ਆ ਗਏ। ਨਵਜੋਤ ਸਿੰਘ ਸਿੱਧੂ ਨੇ ਪੂਰਾ ਫੰਕਸ਼ਨ ਅਟੈਂਡ ਕਰਕੇ ਡਾਇਸ 'ਤੇ ਆਪਣੀ ਸਪੀਚ ਦੇ ਕੇ ਔਰ ਫਿਰ ਉਹ ਆਏ। ਬਿਲਕੁਲ, ਮੈਂ ਸੁਣਿਆ ਕਾਫੀ ਦੂਰ ਦੂਰ ਤੋਂ ਲੋਕ ਆਏ ਸੀਗੇ, ਹੋਰ ਕੰਟਰੀਜ਼ ਤੋਂ ਵੀ ਸਿੱਖ ਸ਼ਰਧਾਲੂ ਪਹੁੰਚੇ ਉੱਥੇ। ਕਿੰਨੀ ਕੁ ਭੀੜ ਸੀਗੀ, ਕਿੱਥੇ ਕਿੱਥੋਂ ਦੇ ਲੋਕ ਆਏ ਸੀ? ਇੱਕ ਅੰਦਾਜ਼ੇ ਦੇ ਮੁਤਾਬਕ ਉਹਨਾਂ ਨੇ ਜੋ ਉਹਨਾਂ ਨੇ ਦੱਸਿਆ ਔਰ ਅੰਦਾਜ਼ੇ ਦੇ ਮੁਤਾਬਕ 6 ਤੋਂ ਲੈ ਕੇ 8,000 ਦੇ ਕਰੀਬ ਸ਼ਰਧਾਲੂ ਉੱਥੇ ਆਏ ਹੋਏ ਸੀਗੇ ਔਰ ਸਾਰੇ ਹੀ ਪਿਲਗ੍ਰਮੇਜ ਸੀਗੇ, ਸ਼ਰਧਾਲੂ ਹੀ ਸੀਗੇ। ਵੱਖੋ ਵੱਖਰੇ ਮੁਲਕਾਂ ਤੋਂ ਬਹੁਤ ਲੋਕ ਆਏ ਸੀ, ਲੇਕਿਨ ਇੰਡੀਆ ਵਾਲੇ ਪਾਸਿਓਂ ਕੋਰੀਡੋਰ ਨੂੰ ਯੂਜ਼ ਕਰਨ ਲਈ ਕੋਈ 65 ਦੇ ਕਰੀਬ ਲੋਕਾਂ ਦੀ ਕਲੀਅਰੈਂਸ ਸੀਗੀ, ਲੇਕਿਨ 10-15 ਬੰਦਿਆਂ ਦੀ OCI ਕਾਰਡ ਨਾ ਹੋਣ ਕਰਕੇ ਨਹੀਂ ਆਏ। ਬਾਕੀ 50 ਜਿਹੜੇ NRI ਸੀਗੇ ਵੱਖੋ ਵੱਖਰੇ ਮੁਲਕਾਂ ਤੋਂ, UK, ਕੈਨੇਡਾ, ਆਸਟ੍ਰੇਲੀਆ, ਸਪੇਨ, ਇਟਲੀ, ਉਹ ਲੱਗ ਇੱਧਰੋਂ ਦੀ ਕਰਤਾਰਪੁਰ ਕੋਰੀਡੋਰ ਤੋਂ ਰਾਹੀਂ ਗਏ। ਅਰਵਿੰਦ, ਮੈਂ ਤਾਂ ਇੱਕ ਥੋੜ੍ਹਾ ਜਿਹਾ ਜ਼ਿਕਰ ਕਰਦਾ NRI ਵਾਸਤੇ, ਜਿਹੜੇ ਸਾਡੇ ਭਰਾ ਨੇ ਜਿਹੜੇ ਉੱਧਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਕਲੀਅਰੈਂਸ ਦੇ ਨਾਲ ਨਾਲ ਇੱਕ OCI ਕਾਰਡ ਹਰ ਵੇਲੇ ਨਾਲ ਲਿਆਉਣਾ ਪਏਗਾ। ਬਿਲਕੁਲ ਸਹੀ ਗੱਲ ਹੈ, ਬਾਕੀਆਂ ਵਾਸਤੇ ਪਾਸਪੋਰਟ ਦੀ ਰਿਕੁਆਇਰਮੈਂਟ ਜ਼ਰੂਰ।